ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਪਰ ਨਾਕੇ ਨੂੰ ਵੇਖ ਕੇ ਕੁਝ ਨੌਜਵਾਨ ਹੋ ਗਏ ਉੱਥੋਂ ਫਰਾਰ। ਦਰਅਸਲ ਦੱਸ ਦਈਏ ਕਿ ਪੁਲਿਸ ਮੁਲਾਜ਼ਮ ਵੱਲੋਂ ਭੱਜ ਕੇ ਕੀਤਾ ਜਾਂਦਾ ਹੈ ਇਹਨਾਂ ਦਾ ਪਿੱਛਾ, ਪਰ ਇਹ ਨੌਜਵਾਨ ਪੁਲਿਸ ਦੇ ਨਹੀਂ ਆਉਂਦੇ, ਹੱਥ ਹੋ ਜਾਂਦੇ ਨੇ ਫਰਾਰ। ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਨਾਕਾ ਤੋੜ ਕੇ ਭੱਜਦੇ ਨੌਜਵਾਨ ਮਗਰ ਪੁਲਿਸ ਭੱਜਦੀ ਹੈ ਪਰ ਕਾਮਯਾਬ ਹੁੰਦੀ ਨਜ਼ਰ ਨਹੀਂ ਆਉਂਦੀ। ਪੁਲਿਸ ਪਹਿਲਾਂ ਗੱਡੀ ਤੇ ਉਹਨਾਂ ਦਾ ਪਿੱਛਾ ਕਰਦੀ ਹੈ ਪਰ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਅੱਗੇ ਰਸਤਾ ਤੰਗ ਹੋਣ ਕਰਕੇ ਪੁਲਿਸ ਨੂੰ ਗੱਡੀ ਛੱਡ ਪੈਦਲ ਹੀ ਭੱਜਣਾ ਪੈਂਦਾ ਹੈ, ਪਰ ਬਾਈਕ 'ਤੇ ਬੈਠੇ ਤੇ ਨੌਜਵਾਨ ਫਰਾਰ ਹੋ ਜਾਂਦੇ ਨੇ। ਤਸਵੀਰਾਂ 'ਚ ਵੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਨੂੰ ਨਾਕੇ 'ਤੇ ਰੋਕਿਆ ਜਾਂਦਾ ਹੈ ਪਰ ਨਾਕਾ ਤੋੜ ਕੇ ਵੀ ਇਹ ਨੌਜਵਾਨ ਉੱਥੋਂ ਭੱਜ ਜਾਂਦੇ ਨੇ। ਥੋੜਾ ਦੱਸ ਦੋ, ਹੈ ਹੋਇਆ ਕੀ ਆ? ਨਹੀਂ ਨਹੀਂ ਵੈਸੇ ਹੋਇਆ ਕੀ ਸੀ, ਕੀ ਹੈਗਾ ਸੀ? ਜਿਹੜੇ ਇਹਨਾਂ ਨੂੰ ਰੋਕਿਆ ਆ, ਰੋਕਣ ਤੋਂ ਬਾਅਦ ਇਹਨਾਂ ਦੂਜਿਆਂ ਬੰਦੇ ਨਾਲ ਦਿਖਾਉਂਦਾ ਸੀ, ਹਾਂ ਉਹਨੂੰ ਖਿੱਚ ਕੇ ਇਹਨਾਂ ਨੇ ਨਾਲ ਉਹ ਡਿੱਗ ਪਿਆ। ਉਹ ਤੋਂ ਬਾਅਦ ਇਹ ਤਾਂ ਮੈਂ ਮਗਰ ਗੱਡੀ ਲਾ ਕੇ ਨੱਪਣ ਦੀ ਕੋਸ਼ਿਸ਼ ਕੀਤੀ ਹੈ। ਕਿੰਨੀ ਕੁ ਦੇਰ ਤੱਕ ਭੱਜਣਾ ਪਿਆ? ਕਾਫੀ ਮਗਰ ਭੱਜਣਾ ਪਿਆ, ਹਾਂ ਕਿਸੇ ਚੌਂਕ ਲੱਗ ਕੇ ਅਤੇ ਆਪਣੇ ਡਾਕਟਰ ਟਰੈਫ ਡਾਕਟਰ ਤੱਕ ਵੀ ਮਗਰ ਆਏ। ਬੰਦੇ ਕ੍ਰਿਮੀਨਲ ਲੱਗਦੇ ਪਏ ਸੀ? ਬੰਦੇ ਗਲਤ ਲੱਗਦੇ ਸੀ, ਨੰਬਰ ਪਹੁੰਚ ਗਿਆ ਹੈਗਾ ਸੀ ਮੋਟਰਸਾਈਕਲ ਦਾ, ਉਹ ਥੋੜ੍ਹਾ ਗਲਤ ਲੱਗਦਾ ਸੀ, ਉਹ ਚੱਕਰ ਜਿਹਾ ਲੱਗਿਆ ਸੀ ਇਹਨਾਂ ਨੂੰ। ਠੀਕ ਇਹ ਜਿਹੜੇ ਆ ਭੱਜਣ ਦੀ ਕੋਸ਼ਿਸ਼ ਭੱਜ ਗਈ। ਠੀਕ ਆ।